ਹੋਟਲ ਦੇ ਕਮਰੇ ਦੇ ਵਿੱਚ ਇੱਕ ਨਾਬਾਲਗ ਕੁੜੀ ਦੇ ਨਾਲ ਰੇਪ ਕੀਤਾ ਗਿਆ। ਜਿਸ ਸ਼ਖਸ ਨੇ ਇਹ ਸਾਰੀਆਂ ਹੱਦਾਂ ਪਾਰ ਕੀਤੀਆਂ ਉਹ ਸਕੂਲ ਦੇ ਵਿੱਚ ਪੇਂਟ ਕਰਨ ਆਇਆ ਸੀ ਔਰ ਉੱਥੇ ਹੀ ਇਸਨੇ ਵਿਦਿਆਰਥਣ ਨੂੰ ਵਰਗਲਾ ਲਿਆ ਔਰ ਸਕੂਲ ਦੀ ਵਰਦੀ ਦੇ ਵਿੱਚ ਹੀ ਹੋਟਲ ਦੇ ਵਿੱਚ ਲੈ ਗਿਆ ਜਿੱਥੇ ਇਸਨੇ ਦੁਸ਼ਕਰਮ ਕੀਤਾ। ਲੜਕੀ ਦੇ ਪਰਿਵਾਰ ਵੱਲੋਂ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ, ਜਿਸ ਤੋਂ ਬਾਅਦ ਪੁਲਿਸ ਨੇ ਜਦੋਂ ਸੀਸੀਟੀਵੀ ਕੈਮਰੇ ਖੁੰਘਾਲੇ ਤਾਂ ਇਸ ਗੱਲ ਦਾ ਖੁਲਾਸਾ ਹੋਇਆ ਕਿ ਲੜਕੀ ਨੇ ਆਪਣਾ ਆਈ ਕਾਰਡ ਹੋਟਲ ਦੇ ਮੈਨੇਜਰ ਨੂੰ ਚੈੱਕ ਕਰਵਾਇਆ ਸੀ, ਬਾਵਜੂਦ ਇਸ ਦੇ ਮੈਨੇਜਰ ਨੇ ਉਮਰ ਦੇਖਣ ਤੋਂ ਬਾਅਦ ਵੀ ਇਹਨਾਂ ਨੂੰ ਕਮਰਾ ਪ੍ਰੋਵਾਈਡ ਕਰਵਾਇਆ। ਫਿਲਹਾਲ ਪੁਲਿਸ ਦੇ ਵੱਲੋਂ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ, ਜਦਕਿ ਹੋਟਲ ਦੇ ਮਾਲਕ ਅਤੇ ਮੈਨੇਜਰ ਦੀ ਤਲਾਸ਼ ਲਗਾਤਾਰ ਜਾਰੀ ਹੈ। ਤਾਂ ਦੂਜੇ ਬੰਨੇ ਹੋਟਲ ਦੇ ਵਿੱਚ ਹਾਲੇ ਵੀ ਇਹ ਕੰਮ ਚੱਲ ਰਿਹਾ। ਲਹਿਰਾ ਗਾਗਾ ਦੀਆਂ ਇਹ ਤਸਵੀਰਾਂ ਨੇ ਜਿੱਥੇ ਹੋਟਲ ਦੇ ਮਾਲਕ ਅਤੇ ਮੈਨੇਜਰ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ। ਪੁਲਿਸ ਨੇ ਵੱਖ ਵੱਖ ਧਰਾਵਾਂ ਲਗਾ ਕੇ ਮੁਲਜ਼ਮ ਨੂੰ ਵੀ ਗ੍ਰਿਫਤਾਰ ਕਰ ਲਿਆ। ਇਹ ਮਿਤੀ 2/8 ਨੂੰ ਹੋਟਲ ਰੋਇਲ ਵਿਖੇ ਇੱਕ ਬੰਦਾ ਕਿਸੇ ਕੁੜੀ ਨੂੰ ਬਹਿਲਾ ਫਸਲਾ ਕੇ ਹੋਟਲ 'ਚ ਲਿਆ ਸੀ। ਜਿਹੜੀ ਉਹ ਕੁੜੀ ਨੇ ਆਪਣੀ ID ਸ਼ੋਅ ਕੀਤੀ ਹੋਟਲ ਦੇ ਵਿੱਚ, ਉਹ ਨਾਬਾਲਗ ਵਾਲੀ ਸੀ ਅਤੇ ਇਸ ਕਰਕੇ ਹੋਟਲ ਮਾਲਕ ਦਾ ਫਰਜ਼ ਬਣਦਾ ਸੀ ਅਤੇ ਮੈਨੇਜਰ ਦਾ ਵੀ ਉਹਨਾਂ ਨੂੰ ਕਮਰਾ ਨਾ ਪ੍ਰੋਵਾਈਡ ਕਰਦਾ। ਉਹ ਦੇਖਣ ਦੇ ਬਾਵਜੂਦ ਵੀ ਇਹਨਾਂ ਦੋਨਾਂ ਨੇ ਕਮਰਾ ਪ੍ਰੋਵਾਈਡ ਕੀਤਾ ਅਤੇ ਉਸ ਕੁੜੀ ਨਾਲ ਉੱਥੇ ਰੇਪ ਹੋਇਆ। ਜਿਹੜਾ ਮੇਨ ਅਕਿਊਜ਼ ਸੀਗਾ ਪਵਨ ਸਿੰਘ, ਜਿਹੜਾ ਇਸ ਕੁੜੀ ਨੂੰ ਲੈ ਕੇ ਆਇਆ ਸੀਗਾ, ਉਹਨੂੰ ਅਰੈਸਟ ਕੀਤਾ ਜਾ ਚੁੱਕਾ ਅਤੇ ਹੋਟਲ ਦੇ ਮਾਲਕ ਅਤੇ ਮੈਨੇਜਰ ਆ ਜਿਹੜੇ ਇਹ ਹਜੇ ਭੱਜੇ ਹੋਏ ਨੇ, ਇਹਨਾਂ ਨੂੰ ਛੇਤੀ ਅਰੈਸਟ ਕੀਤਾ ਜਾਊਗਾ। ਅਤੇ ਫਿਲਹਾਲ ਉਹ ਹੋਟਲ ਬਿਲਕੁਲ ਬੰਦ ਪਿਆ। ਸਰ, ਉਹ ਹੋਟਲ 'ਚ ਹਜੇ ਵੀ ਚੱਲ ਰਿਹਾ ਜੀ, ਉੱਥੇ ਅੱਜ ਵੀ ਅਸੀਂ ਦੇਖ ਕੇ ਮੁੰਡੇ ਕੁੜੀਆਂ ਆ ਰਹੇ ਸੀ, ਉਹ ਚੀਜ਼ ਨੂੰ ਕਿਵੇਂ ਦੇਖਦੇ ਹਾਂ? ਕੋਰਟ ਦਾ ਆਰਡਰ ਦੇ ਨਾਲ ਬੰਦ ਹੋਈ ਜਾਂ ਕਿਸ ਤਰੀਕੇ ਨਾਲ ਬੰਦ ਹੋਊਗਾ? ਇਹ ਜਿਹੜਾ ਹੋਟਲ ਸੀਜ਼ ਹੈ ਤਾਂ ਕੋਰਟ ਦੇ ਆਰਡਰ ਨਾਲ ਹੀ ਹੋਊਗਾ। ਠੀਕ ਹੈ ਜੀ, ਪਰ ਫਿਲਹਾਲ ਜਿੱਥੋਂ ਤੱਕ ਮੈਨੂੰ ਜਾਣਕਾਰੀ ਆ ਉਹ ਹੋਟਲ ਬੰਦ ਪਿਆ। ਠੀਕ ਹੈ ਜੀ, ਸਰ ਉਹ ਚੀਜ਼ ਨੂੰ ਕਿਵੇਂ ਦੇਖਦੇ ਹੋ ਕਿ ਇੱਕ ਕਾਨੂੰਨ ਦੇ ਮੁਤਾਬਕ ਇੱਕ ਛੋਟੀ ਬੱਚੀ ਜਿਹਦੇ ਯੂਨੀਫਾਰਮ ਵੀ ਪਾਈ ਹੋਈ ਸੀ ਸਕੂਲ ਦੀ, ਉਹ ਉੱਥੇ ਆਉਂਦੀ ਆ, ਤਾਂ ਹੁਣ ਕੀ ਪ੍ਰਕਿਰਿਆ, ਕਿਹੜੀਆਂ ਧਰਾਵਾਂ ਲੱਗੀਆਂ ਨੇ, ਉਹ ਚੀਜ਼ ਨੂੰ ਕਿਵੇਂ ਦੇਖਦੇ ਹੋ? ਇਹ ਸੈਕਸ਼ਨ BNS ਦੀ 64-61-2 ਦੇ ਤਹਿਤ ਪਰਚਾ ਦਿੱਤਾ ਗਿਆ ਅਤੇ ਪੋਕਸੋ ਐਕਟ ਵੀ ਲਾਇਆ ਗਿਆ ਹੈ। ਇਹ ਜਿਹੜਾ ਬੰਦਾ ਸੀ ਇਹ ਸਕੂਲ ਵਿੱਚ ਪੇਂਟ ਕਰਦਾ ਸੀਗਾ, ਇਹ ਉੱਥੋਂ ਹੀ ਕੁੜੀ ਨੂੰ ਬਹਿਲਾ ਫਸਲਾ ਕੇ ਲਿਆਇਆ ਸੀਗਾ। ਸਕੂਲ ਦੇ ਸਟੂਡੈਂਟ ਸੀਗਾ? ਹਾਂ, ਸਕੂਲ 'ਚ ਪੜ੍ਹਦੀ ਸੀ ਬੱਚੀ, ਉਹ ਉਹਨੂੰ ਬਹਿਲਾ ਫਸਲਾ ਕੇ ਲਿਆਇਆ ਸੀ ਅਤੇ ਪੁਲਿਸ ਪਾਰਟੀ ਨੂੰ ਜਦੋਂ ਸਟੇਟਮੈਂਟ ਰਿਕਾਰਡ ਕਰਾਈ ਉਹਦੀ ਮਦਰ ਨੇ ਅਤੇ ਮੁਲਜ਼ਮ ਨੂੰ ਉਸੇ ਵਕਤ ਅਰੈਸਟ ਕਰਕੇ ਜੇਲ੍ਹ ਭੇਜ ਦਿੱਤਾ ਅਤੇ ਬਾਕੀ ਰਹਿੰਦੇ ਜਿਹੜੇ ਮੁਲਜ਼ਮ ਦੋ ਨੇ ਮਾਲਕ ਅਤੇ ਮੈਨੇਜਰ, ਉਹਨਾਂ ਨੂੰ ਛੇਤੀ ਅਰੈਸਟ ਕੀਤਾ ਜਾਊਗਾ। ਹੋਟਲ ਦੇ ਕਮਰੇ ਦੇ ਵਿੱਚ ਇੱਕ ਨਾਬਾਲਗ ਕੁੜੀ ਦੇ ਨਾਲ ਰੇਪ ਕੀਤਾ ਗਿਆ। ਜਿਸ ਸ਼ਖਸ ਨੇ ਇਹ ਸਾਰੀਆਂ ਹੱਦਾਂ ਪਾਰ ਕੀਤੀਆਂ ਉਹ ਸਕੂਲ ਦੇ ਵਿੱਚ ਪੇਂਟ ਕਰਨ ਆਇਆ ਸੀ ਔਰ ਉੱਥੇ ਹੀ ਇਸਨੇ ਵਿਦਿਆਰਥਣ ਨੂੰ ਵਰਗਲਾ ਲਿਆ ਔਰ ਸਕੂਲ ਦੀ ਵਰਦੀ ਦੇ ਵਿੱਚ ਹੀ ਹੋਟਲ ਦੇ ਵਿੱਚ ਲੈ ਗਿਆ ਜਿੱਥੇ ਇਸਨੇ ਦੁਸ਼ਕਰਮ ਕੀਤਾ। ਲੜਕੀ ਦੇ ਪਰਿਵਾਰ ਵੱਲੋਂ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ, ਜਿਸ ਤੋਂ ਬਾਅਦ ਪੁਲਿਸ ਨੇ ਜਦੋਂ CCTV ਕੈਮਰੇ ਖੁੰਘਾਲੇ ਤਾਂ ਇਸ ਗੱਲ ਦਾ ਖੁਲਾਸਾ ਹੋਇਆ ਕਿ ਲੜਕੀ ਨੇ ਆਪਣਾ ਆਈ ਕਾਰਡ ਹੋਟਲ ਦੇ ਮੈਨੇਜਰ ਨੂੰ ਚੈੱਕ ਕਰਵਾਇਆ ਸੀ, ਬਾਵਜੂਦ ਇਸ ਦੇ ਮੈਨੇਜਰ ਨੇ ਉਮਰ ਦੇਖਣ ਤੋਂ ਬਾਅਦ ਵੀ ਇਹਨਾਂ ਨੂੰ ਕਮਰਾ ਪ੍ਰੋਵਾਈਡ ਕਰਵਾਇਆ। ਫਿਲਹਾਲ ਪੁਲਿਸ ਦੇ ਵੱਲੋਂ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ, ਜਦਕਿ ਹੋਟਲ ਦੇ ਮਾਲਕ ਅਤੇ ਮੈਨੇਜਰ ਦੀ ਤਲਾਸ਼ ਲਗਾਤਾਰ ਜਾਰੀ ਹੈ। ਤਾਂ ਦੂਜੇ ਬੰਨੇ ਹੋਟਲ ਦੇ ਵਿੱਚ ਹਾਲੇ ਵੀ ਇਹ ਕੰਮ ਚੱਲ ਰਿਹਾ। ਲਹਿਰਾ ਗਾਗਾ ਦੀਆਂ ਇਹ ਤਸਵੀਰਾਂ ਨੇ ਜਿੱਥੇ ਹੋਟਲ ਦੇ ਮਾਲਕ ਅਤੇ ਮੈਨੇਜਰ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ। ਪੁਲਿਸ ਨੇ ਵੱਖ ਵੱਖ ਧਰਾਵਾਂ ਲਗਾ ਕੇ ਮੁਲਜ਼ਮ ਨੂੰ ਵੀ ਗ੍ਰਿਫਤਾਰ ਕਰ ਲਿਆ। ਇਹ ਮਿਤੀ 2/8 ਨੂੰ ਹੋਟਲ ਰੋਇਲ
ਵਿਖੇ ਇੱਕ ਬੰਦਾ ਕਿਸੇ ਕੁੜੀ ਨੂੰ ਬਹਿਲਾ ਫਸਲਾ ਕੇ ਹੋਟਲ 'ਚ ਲਿਆਇਆ ਸੀ। ਜਿਹੜੀ ਉਹ ਕੁੜੀ ਨੇ ਆਪਣੀ ID ਸ਼ੋਅ ਕੀਤੀ ਹੋਟਲ ਦੇ ਵਿੱਚ, ਉਹ ਨਾਬਾਲਗ ਵਾਲੀ ਸੀ, ਅਤੇ ਇਸ ਕਰਕੇ ਹੋਟਲ ਮਾਲਕ ਦਾ ਫਰਜ਼ ਬਣਦਾ ਸੀ ਅਤੇ ਮੈਨੇਜਰ ਦਾ ਵੀ ਉਹਨਾਂ ਨੂੰ ਕਮਰਾ ਨਾ ਪ੍ਰੋਵਾਈਡ ਕਰਦਾ। ਉਹ ਦੇਖਣ ਦੇ ਬਾਵਜੂਦ ਵੀ ਇਹਨਾਂ ਦੋਨਾਂ ਨੇ ਕਮਰਾ ਪ੍ਰੋਵਾਈਡ ਕੀਤਾ ਅਤੇ ਉਸ ਕੁੜੀ ਨਾਲ ਉੱਥੇ ਰੇਪ ਹੋਇਆ। ਜਿਹੜਾ ਮੇਨ ਅਕਿਊਜ਼ ਸੀਗਾ ਪਵਨ ਸਿੰਘ, ਜਿਹੜਾ ਇਸ ਕੁੜੀ ਨੂੰ ਲੈ ਕੇ ਆਇਆ ਸੀਗਾ, ਉਹਨੂੰ ਅਰੈਸਟ ਕੀਤਾ ਜਾ ਚੁੱਕਾ ਅਤੇ ਹੋਟਲ ਦੇ ਮਾਲਕ ਅਤੇ ਮੈਨੇਜਰ ਜਿਹੜੇ ਇਹ ਹਜੇ ਭੱਜੇ ਹੋਏ ਨੇ, ਇਹਨਾਂ ਨੂੰ ਛੇਤੀ ਅਰੈਸਟ ਕੀਤਾ ਜਾਊਗਾ। ਅਤੇ ਫਿਲਹਾਲ ਉਹ ਹੋਟਲ ਬਿਲਕੁਲ ਬੰਦ ਪਿਆ। ਸਰ ਉਹ ਹੋਟਲ 'ਚ ਹਜੇ ਵੀ ਚੱਲ ਰਿਹਾ ਜੀ, ਉੱਥੇ ਅੱਜ ਵੀ ਅਸੀਂ ਦੇਖ ਕੇ ਮੁੰਡੇ ਕੁੜੀਆਂ ਆ ਰਹੇ ਸੀ, ਉਹ ਚੀਜ਼ ਨੂੰ ਕਿਵੇਂ ਦੇਖਦੇ ਹਾਂ? ਕੋਰਟ ਦਾ ਆਰਡਰ ਦੇ ਨਾਲ ਬੰਦ ਹੋ ਜਾਂ ਕਿਸ ਤਰੀਕੇ ਨਾਲ ਬੰਦ ਹੋਊਗਾ? ਇਹ ਜਿਹੜਾ ਹੋਟਲ ਸੀਜ਼ ਹੈ ਤਾਂ ਕੋਰਟ ਦੇ ਆਰਡਰ ਨਾਲ ਹੀ ਹੋਊਗਾ। ਠੀਕ ਹੈ ਜੀ। ਪਰ ਫਿਲਹਾਲ ਜਿੱਥੇ ਤੱਕ ਮੈਨੂੰ ਜਾਣਕਾਰੀ ਆ, ਉਹ ਹੋਟਲ ਬੰਦ ਪਿਆ। ਠੀਕ ਹੈ ਜੀ। ਸਰ ਉਹ ਚੀਜ਼ ਨੂੰ ਕਿਵੇਂ ਦੇਖਦੇ ਹੋ ਕਿ ਇੱਕ ਕਾਨੂੰਨ ਦੇ ਮੁਤਾਬਕ ਇੱਕ ਛੋਟੀ ਬੱਚੀ ਜਿਹਦੇ ਯੂਨੀਫਾਰਮ ਵੀ ਪਾਈ ਸੀ ਸਕੂਲ ਦੀ, ਉਹ ਉੱਥੇ ਆਉਂਦੀ ਆ, ਤਾਂ ਹੁਣ ਕੀ ਪ੍ਰਕਿਰਿਆ, ਕਿਹੜੀਆਂ ਧਾਰਾਵਾਂ ਲੱਗੀਆਂ ਨੇ, ਉਹ ਚੀਜ਼ ਨੂੰ ਕਿਵੇਂ ਦੇਖਦੇ ਹੋ? ਇਹ ਸੈਕਸ਼ਨ BNS ਦੀ 64-62 ਦੇ ਤਹਿਤ ਪਰਚਾ ਦਿੱਤਾ ਗਿਆ ਅਤੇ ਪੋਕਸੋ ਐਕਟ ਵੀ ਲਾਇਆ ਗਿਆ ਹੈ। ਠੀਕ ਹੈ। ਇਹ ਜਿਹੜਾ ਬੰਦਾ ਸੀ ਇਹ ਸਕੂਲ ਵਿੱਚ ਪੇਂਟ ਕਰਦਾ ਸੀਗਾ, ਇਹ ਉੱਥੋਂ ਹੀ ਕੁੜੀ ਨੂੰ ਬਹਿਲਾ ਫਸਲਾ ਕੇ ਲਿਆਇਆ ਸੀਗਾ। ਅੱਛਾ ਜੀ। ਸਕੂਲ ਦੇ ਸਟੂਡੈਂਟ ਸੀਗਾ? ਹਾਂ, ਸਕੂਲ 'ਚ ਪੜ੍ਹਦੀ ਸੀ ਬੱਚੀ ਉਹ, ਉਹਨੂੰ ਬਹਿਲਾ ਫਸਲਾ ਕੇ ਲਿਆਇਆ ਸੀ। ਠੀਕ ਹੈ ਜੀ। ਅਤੇ ਪੁਲਿਸ ਪਾਰਟੀ ਨੂੰ ਜਦੋਂ ਸਟੇਟਮੈਂਟ ਰਿਕਾਰਡ ਕਰਾਈ ਉਹਦੀ ਮਦਰ ਨੇ, ਠੀਕ ਹੈ ਜੀ, ਅਤੇ ਮੁਲਜ਼ਮ ਨੂੰ ਉਸੇ ਵਕਤ ਅਰੈਸਟ ਕਰਕੇ ਜੇਲ੍ਹ ਭੇਜ ਦਿੱਤਾ। ਠੀਕ ਹੈ। ਅਤੇ ਬਾਕੀ ਰਹਿੰਦੇ ਜਿਹੜੇ ਮੁਲਜ਼ਮ ਦੋ ਨੇ, ਮਾਲਕ ਅਤੇ ਮੈਨੇਜਰ, ਉਹਨਾਂ ਛੇਤੀ ਅਰੈਸਟ ਕੀਤਾ ਜਾਊਗਾ। ਠੀਕ ਹੈ।